साथ संघ जी आप अगले सवाल वाले चलिए। यह सवाल सरदार कुलदीप सिंह जी फिरोजपुर वाले का पिछले हफ्ते पेंडिंग रह गया सीगा। ये गौड़ी मेला नौवां शब्द है जी, साधो रचना राम बनाई, एक बिनसै एक आसर मन अचरज लख्या न जाए। वो कहते नहीं ईड़ी सियारी ते कक्के सियारी, ये बहुवचन है। ते एक जड़ा ईड़ी सियारी ते इस करके तुसी दसो भी इन्हां दो गल्लां नूं सामने रख के देखो ये व्याकरणक पक्ष ही ने भी सियारी वाला कक्का ते मुक्ता कक्का ये जड़ियां शब्द ने ये भाव की ने। मैं बेनती कर रहा वीर प्रभु कीर्तन सिंह जी नूं भी इहदे बारे सानूं दसण के साधो रचना राम बनाई एक बिनसै एक आसर मन अचरज लिखिया न जाए। एक दी एक एक सियारी नाल है कक्का दूजा मुक्ता है। हाँ जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੋ ਦੋ ਵਾਰੀ ਇੱਕ ਸ਼ਬਦ ਇਸਤੇਮਾਲ ਹੋਇਆ, ਇੱਕ ਦੇ ਵਿੱਚ ਸਿਹਾਰੀ ਅੰਤ ਹੈ, ਇੱਕ ਵਿੱਚ ਮੁਕਤਾ ਅੰਤ ਹੈ। ਤੇ ਵੀਰ ਜੀ ਦਾ ਇਹ ਸਵਾਲ ਹੈ ਕਿ ਜਦੋਂ ਮੁਕਤਾ ਅੰਤ ਹੈ ਤਾਂ ਇਹ ਇਸਤਰੀ ਲਿੰਗ ਦਾ ਅਰਥ ਦਿੰਦਾ ਹੈ, ਤਾਂ ਇਹਦੇ ਬਾਰੇ ਦੱਸਿਆ ਜਾਵੇ। ਵਿਆਕਰਨ ਅਨੁਸਾਰ ਜੋ ਅਰਥ ਕੀਤੇ ਗਏ ਹਨ ਉਹ ਆਪਾਂ ਸਮਝ ਲਈਏ ਤਾਂ ਕਿ ਆਪਾਂ ਗੱਲ ਅੱਗੇ ਕਰ ਸਕੀਏ। ਪੰਕਤੀ ਹੈ ਇੱਕ ਬਿਨਸੈ ਇੱਕ ਅਸਥਿਰ ਮਨ ਹੈ ਅਚਰਜ ਲਿਖਿਓ ਨਾ ਜਾਈ। ਤਾਂ ਇਹਦੇ ਅਰਥ ਹਾਂਜੀ ਇੱਕ ਮਨੁੱਖ ਤਾਂ ਮਰਦਾ ਹੈ ਪਰ ਦੂਜਾ ਮਨੁੱਖ ਨੂੰ ਉਸਨੂੰ ਮਰਦਿਆਂ ਦੇਖ ਕੇ ਵੀ ਆਪਣੇ ਆਪ ਨੂੰ ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਇਹ ਇੱਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਇਹਨਾਂ ਅਰਥਾਂ ਤੋਂ ਇੱਕ ਗੱਲ ਸਪਸ਼ਟ ਹੈ ਕਿ ਜੋ ਮੁਕਤਾ ਅੰਤ ਵਾਲਾ ਇੱਕ ਹੈ ਉਹਦਾ ਅਰਥ ਵੀ ਇਸਤਰੀ ਲਿੰਗ ਦੇ ਵਿੱਚ ਨਹੀਂ ਬਣਦਾ। ਤੋ ਪਰੰਤੂ ਜੋ ਵੀਰ ਜੀ ਨੇ ਲਿਖਿਆ ਹੈ ਕਿ ਜੇ ਆਮ ਵਿਆਕਰਨ ਨੂੰ ਦੇਖਿਆ ਜਾਵੇ ਤਾਂ ਇੱਕ ਦਾ ਅਰਥ ਜੋ ਮੁਕਤਾ ਅੰਤ ਵਾਲਾ ਹੈ ਜਾਂ ਤਾਂ ਇਸਤਰੀ ਲਿੰਗ ਬਣੇਗਾ ਜਾਂ ਬਹੁਵਚਨ ਵਾਲਾ ਬਣੇਗਾ। ਇੱਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਕ ਸ਼ਬਦ ਜਿਹੜਾ ਹੈ ਉਹ ਅਜਿਹਾ ਸ਼ਬਦ ਹੈ ਜਿਸ ਦੀ ਗੁਰਬਾਣੀ ਦੇ ਵਿੱਚ ਬਹੁ ਭਾਂਤੀ ਵਰਤੋਂ ਹੋਈ ਹੈ। ਇਹ ਨਾਮ ਦੇ ਰੂਪ ਵਿੱਚ ਵੀ ਵਰਤਿਆ ਗਿਆ ਹੈ, ਵਿਸ਼ੇਸ਼ਣ ਦੇ ਰੂਪ ਵਿੱਚ ਵੀ ਵਰਤਿਆ ਗਿਆ ਹੈ, ਪੁਲਿੰਗ ਦੇ ਰੂਪ ਵਿੱਚ ਵੀ ਵਰਤਿਆ ਗਿਆ ਹੈ, ਇਸਤਰੀ ਲਿੰਗ ਅਤੇ ਫਿਰ ਪੜਨਾਮ ਵਿਸ਼ੇਸ਼ਣ ਇਹ ਸਭ ਕੁਛ ਕੰਬੀਨੇਸ਼ਨ ਦੋਵਾਂ ਦੇ ਵਿੱਚ ਵਰਤੇ ਗਏ ਹੈ। ਇਹ ਗੱਲ ਠੀਕ ਹੈ ਕਿ ਬਹੁਤ ਸਾਰੀਆਂ ਪੰਕਤੀਆਂ ਵਿੱਚ ਆਪਾਂ ਇਹ ਕਹਿ ਲਈਏ ਕਿ ਅਨੇਕਾਂ ਪੰਕਤੀਆਂ ਦੇ ਵਿੱਚ ਇੱਕ ਇੱਕ ਜਿੱਥੇ ਦੋ ਵਾਰੀ ਵਰਤਿਆ ਗਿਆ ਹੈ ਦੋਵੇਂ ਸਿਹਾਰੀ ਅੰਤ ਵਾਲੇ ਵਰਤੇ ਗਏ ਹਨ ਅਤੇ ਦੋਵਾਂ ਦਾ ਅਰਥ ਜਿਹੜਾ ਹੈ ਉਹ ਅਨੇਕ ਜਾਂ ਬਹੁਤ ਸਾਰੇ ਦੇ ਸ਼ਬਦਾਂ ਦੇ ਵਿੱਚ ਅਰਥਾਂ ਦੇ ਵਿੱਚ ਵਰਤਿਆ ਗਿਆ ਹੈ। ਤਾਂ ਮੈਂ ਜ਼ਿਆਦਾ ਪੰਕਤੀਆਂ ਇੱਥੇ ਕੋਟ ਨਹੀਂ ਕਰ ਰਿਹਾ। ਜਿਸ ਤਰ੍ਹਾਂ ਕਿ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਹੁਣ ਇਹਦੇ ਵਿੱਚ ਵੀ ਇੱਕ ਦਾ ਸ਼ਬਦ ਗਿਣਤੀ ਦਾ ਇੱਕ ਨਹੀਂ ਹੈ ਬਲਕਿ ਇਹ ਅਨੇਕ ਹੀ ਹੈ ਕਿ ਕਈ ਜਿਹੜੇ ਹਨ ਉਹ ਦਾਤੇ ਹਨ ਅਤੇ ਕਈ ਭਿਖਾਰੀ ਹਨ ਔਰ ਇਹ ਇੱਕ ਅਸਚਰਜ ਤੇਰਾ ਕੌਤਕ ਹੈ। ਇਸੇ ਤਰ੍ਹਾਂ ਹੀ ਆਪਾਂ ਹੋਰ ਜੋ ਪੰਕਤੀਆਂ ਜਿਵੇਂ ਉਦਾਹਰਣ ਦੇ ਤੌਰ 'ਤੇ ਆਪਾਂ ਲੈ ਸਕਦੇ ਹਾਂ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਵਿੱਚ ਹੀ ਕਈ ਥਾਵਾਂ 'ਤੇ ਵਰਤਿਆ ਗਿਆ ਹੈ ਅਤੇ ਲੇਕਿਨ ਇਸੇ ਭਾਵ ਨੂੰ ਦੱਸਣ ਲਈ ਸਿਰਫ ਇਹ ਦੋ ਇੱਕ ਸ਼ਬਦ ਸਿਹਾਰੀ ਅੰਤ ਵਾਲੇ ਹੀ ਨਹੀਂ ਵਰਤੇ ਗਏ, ਇਹਨਾਂ ਦੇ ਰੂਪ ਬਦਲ ਕੇ ਵੀ ਵਰਤੇ ਗਏ। ਜਿਵੇਂ ਕਿ ਇੱਥੇ ਮੈਂ ਕੁਛ ਪੰਕਤੀਆਂ ਆਪ ਜੀ ਨੂੰ ਦੱਸਾਂਗਾ ਜਿਹਦੇ ਵਿੱਚ ਇੱਕ ਸਿਹਾਰੀ ਅੰਤ ਵਾਲਾ ਕੱਕੇ ਨੂੰ ਸਿਹਾਰੀ ਜਿਹਦੇ 'ਚ ਲੱਗਦੀ ਹੈ ਉਹ ਹੈ ਅਤੇ ਉਹਦੇ ਨਾਲ ਉਹੀ ਸ਼ਬਦ ਦੁਬਾਰਾ ਵਰਤਣ ਦੀ ਥਾਂ 'ਤੇ ਇੱਕਨਾ ਜਾਂ ਇੱਕਨੀ ਇਹ ਸ਼ਬਦ ਵਰਤੇ ਗਏ ਹਨ। ਮੈਂ ਪੰਕਤੀਆਂ ਪੜ੍ਹ ਰਿਹਾ ਹਾਂ ਜੀ। ਇੱਕਨਾ ਬਖਸ਼ੈ ਮੇਲ ਲੈ ਇੱਕ ਦਰਗਾਹ ਮਾਰ ਕੱਢੇ ਘੂੜਿਆ, ਇਹ ਪੰਨਾ 427 'ਤੇ ਹੈ ਜੀ। ਇਕਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੈ ਬਿਸਿਆਰ, ਇਕਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿ ਚੜ੍ਹੇ। ਇਹ ਆਸਾ ਦੀ ਵਾਰ ਵਿੱਚ ਹਨ ਦੋਨੋਂ ਕੋਟੇਸ਼ਨਸ। ਇੱਕ ਉਪਾਏ ਮੰਗਤੇ ਇਕਨਾ ਵੱਡੇ ਦਰਬਾਰ, ਇੱਕ ਨਿਰਧਨ ਸਦਾ ਭੌਂਕਦੇ ਇਕਨਾ ਭਰੇ ਤੁਜਾਰਾ। ਫਿਰ ਇਸੇ ਤਰ੍ਹਾਂ ਹੀ ਇੱਕ ਹੋਏ ਅਸਵਾਰ ਇਕਨਾ ਸਾਖਤੀ, ਇਕਨੀ ਬੱਧੇ ਭਾਰ ਇਕਨਾ ਤਾਕਤੀ। ਤੋ ਇੱਥੇ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਇਹ ਕੋਈ ਫਿਕਸਡ ਤਰੀਕਾ ਨਹੀਂ ਹੈ, ਸਤਿਗੁਰੂ ਜੀ ਨੇ ਇਹਦੇ ਹੋਰ ਰੂਪ ਵੀ ਵਰਤੇ ਹਨ।
ਇਸੇ ਤਰ੍ਹਾਂ ਹੀ ਇਹ ਸ਼ਬਦ ਜੋ ਹੈ ਇਸ ਪੰਕਤੀ ਵੀ ਜਿਹੜੀ ਅੰਡਰ ਰੈਫਰੈਂਸ ਹੈ, ਇੱਕ ਬਿੰਸ ਹੈ, ਇੱਕ ਅਸਥਿਰ ਮਨ ਹੈ, ਅਚਰਜ ਲਖੇ ਹੋਣਾ ਜਾਈ, ਜਿਹਦੇ ਵਿੱਚ ਇੱਕ ਵੇਰਾ ਇੱਕ ਦਾ ਸਿਹਾਰੀ ਅੰਤ ਹੈ ਤੇ ਇੱਕ ਵਿੱਚ ਮੁਕਤਾ ਅੰਤ ਹੈ। ਤੋ ਅਰਥ ਇੱਥੇ ਵੀ ਉਹੀ ਹੈ ਜਿਵੇਂ ਕਿ ਅਰਥ ਕਰਕੇ ਦੱਸਿਆ ਗਿਆ ਹੈ। ਅਰਥਾਂ ਦੇ ਵਿੱਚ ਇਹ ਉਹ ਇਸਤਰੀ ਲਿੰਗ ਜਾਂ ਉਹ ਨਹੀਂ ਫਰਕ ਪਿਆ, ਕਿਉਂਕਿ ਇਹ ਕੰਟੈਕਸਟ ਦੇ ਅਨੁਸਾਰ ਸਾਨੂੰ ਦੇਖਣਾ ਪਏਗਾ। ਇੱਕ ਹੋਰ ਪੰਕਤੀ ਜੋ ਮੈਨੂੰ ਲੱਭੀ ਹੈ ਕਿ ਉਹਦੇ 'ਚ ਵੀ ਇਸੇ ਰੂਪ ਵਿੱਚ ਹੀ ਵਰਤਿਆ ਗਿਆ ਹੈ, ਪੰਨਾ 1283 ਉੱਤੇ ਤੀਜੇ ਪਾਤਸ਼ਾਹ ਦਾ ਸ਼ਬਦ ਹੈ, ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਇੱਥੇ ਵੀ ਇੱਕ ਵੇਰਾ ਇਹਨੂੰ ਸਿਹਾਰੀ ਅੰਤ ਨਾਲ ਵਰਤਿਆ ਗਿਆ ਹੈ ਅਤੇ ਇੱਕ ਵਾਰੀ ਮੁਕਤਾ ਅੰਤ ਨਾਲ ਵਰਤਿਆ ਗਿਆ ਹੈ। ਤੋ ਇਸ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਸਾਰੀਆਂ ਥਾਵਾਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਜੋ ਹੈ ਭਾਵ ਅਰਥ ਸੇਮ ਹੈ, ਕਿਤੇ ਇਹ ਮੁਕਤਾ ਅੰਤ ਹੈ, ਕਿਤੇ ਸਿਹਾਰੀ ਅੰਤ ਹੈ। ਇਸ ਤੋਂ ਇਲਾਵਾ ਜੋ ਇੱਕ ਸ਼ਬਦ ਹੈ ਇਹਦਾ ਔਂਕੜ ਵਾਲਾ ਅੰਤ ਵੀ ਵਰਤਿਆ ਗਿਆ ਹੈ ਅਤੇ ਉੱਥੇ ਇਹ ਪੁਲਿੰਗ ਰੂਪ ਵਿੱਚ ਵੀ ਵਰਤਿਆ ਗਿਆ ਹੈ, ਇੱਕ ਵਚਨ ਪੁਲਿੰਗ ਦੇ ਰੂਪ ਵਿੱਚ, ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਦੇ ਵਿੱਚ ਦੋ ਵਾਰੀ ਆਪਾਂ ਇਹ ਵਰਤਿਆ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਸੇ ਤਰ੍ਹਾਂ ਹੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਤੋ ਇਹਨਾਂ ਸਾਰੀਆਂ ਪੰਕਤੀਆਂ ਦੋ ਪੰਕਤੀਆਂ ਵਿੱਚ ਜਿਹੜਾ ਚਾਰ ਵਾਰੀ ਇੱਕ ਸ਼ਬਦ ਆਇਆ ਹੈ ਉਹ ਔਂਕੜ ਅੰਤ ਵਾਲਾ ਆਇਆ ਹੈ। ਇੱਥੇ ਗਿਣਤੀ ਵਾਚਕ ਇੱਕ ਦੇ ਰੂਪ ਵਿੱਚ ਆਇਆ ਹੈ, ਪਰ ਜਿਹੜਾ ਅਸੀਂ ਸ਼ਬਦ ਅੰਡਰ ਰੈਫਰੈਂਸ ਹੈ ਉਹਦੇ ਵਿੱਚ ਇਹ ਗਿਣਤੀ ਵਾਚਕ ਨਹੀਂ, ਇਹ ਇੱਕ ਮੁਹਾਵਰੇ ਦੇ ਤੌਰ 'ਤੇ ਵਰਤਿਆ ਗਿਆ ਹੈ ਕਿ ਇੱਕ ਮਨੁੱਖ ਤਾਂ ਮਰਦਾ ਹੈ ਪਰ ਦੂਜਾ ਮਨੁੱਖ ਉਸਨੂੰ ਮਰਦਿਆਂ ਦੇਖ ਕੇ ਆਪਣੇ ਆਪ ਨੂੰ ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਤੋ ਇਹ ਗੱਲ ਕਰਨ ਦੇ ਢੰਗ ਦੇ ਵਿੱਚ ਇਹਦਾ ਅਰਥ ਹੈ, ਨਾ ਕਿ ਇੱਥੇ ਕੋਈ ਗਿਣਤੀਆਂ ਦਾ ਹਿਸਾਬ ਕਿਤਾਬ ਕੀਤਾ ਗਿਆ ਹੈ। ਫਿਰ ਗੱਲ ਸਿਰਫ ਇੱਥੇ ਹੀ ਨਹੀਂ ਹੈ, ਇੱਕ ਸ਼ਬਦ ਜੋ ਕੱਕਾ ਮੁਕਤਾ ਨਾਲ ਆਉਂਦਾ ਹੈ ਇਹ ਕਈ ਵਾਰ ਦੋ ਸ਼ਬਦਾਂ ਦੇ ਨਾਲ ਰਲਾ ਕੇ ਆਉਂਦਾ ਹੈ। ਤੋ ਹਾਲਾਂਕਿ ਪਦ ਛੇਦ ਕਰਨ ਲੱਗਿਆਂ ਇਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ ਹੈ, ਜਿਸ ਤਰ੍ਹਾਂ ਅਸੀਂ ਬਹੁਤ ਵੇਰਾਂ ਸ਼ਬਦ ਆਉਂਦਾ ਹੈ ਇੱਕ ਮਨ ਇੱਕ ਚਿੱਤ ਇੱਕ ਭਾਏ, ਇਹ ਗੁਰਬਾਣੀ ਦੇ ਵਿੱਚ ਵਾਰ ਵਾਰ ਸ਼ਬਦ ਵਰਤੇ ਗਏ ਹਨ। ਹੁਣ ਇੱਥੇ ਇੱਕ ਦਾ ਵਰਤੋਂ ਜਦੋਂ ਅਸੀਂ ਅਰਥ ਕਰਦੇ ਹਾਂ ਇਹ ਗਿਣਤੀ ਵਾਚਕ ਅਰਥ ਦੀ ਥਾਂ ਦੇ ਉੱਤੇ ਇਹ ਮਨ ਦੀ ਅਵਸਥਾ ਇਕਾਗਰ ਚਿੱਤ ਜਾਂ ਇਕਾਗਰ ਮਨ ਇਹ ਹੋਣ ਦੀ ਹੈ। ਤੋ ਇਸ ਤਰ੍ਹਾਂ ਇਹ ਕਈ ਇਹਨੂੰ ਜੋ ਸਮਾਸ ਰੂਪ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਅਰਥ ਇਕੱਠੇ ਹੋਣੇ ਹਨ ਅਤੇ ਇਕੱਠੇ ਹੋਣ ਕਰਕੇ ਜਿਹੜੀ ਸਿਹਾਰੀ ਹੈ ਉਹ ਕੱਕੇ ਨਾਲੋਂ ਉਤਰ ਕੇ ਜਿਵੇਂ ਇੱਕ ਮਨ ਦੇ ਨੰਨੇ ਨਾਲ ਲੱਗ ਗਈ ਹੈ, ਲੇਕਿਨ ਇਹਦਾ ਅਰਥ ਇੱਕ ਦੇ ਵਿੱਚ ਵੀ ਸਿਹਾਰੀ ਵਾਲਾ ਹੀ ਲਿਆ ਜਾਏਗਾ। ਜਿਸ ਤਰ੍ਹਾਂ ਹੈ ਕਿ ਭਾਈ ਦੇ ਇੱਕ ਮਨ ਨਾਮ ਧਿਆਏ, ਜਿੰਨੀ ਇੱਕ ਹੋਰ ਪੰਕਤੀ ਹੈ ਜਿੰਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਜਾਂ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ। ਤੋ ਇੱਥੇ ਇੱਕ ਮਨ ਅਤੇ ਇੱਕ ਰੰਗ ਸਾਨੂੰ ਇਹਨਾਂ ਦੇ ਅਰਥ ਇੱਕ ਮਤਲਬ ਇਕੱਠੇ ਕਰਨੇ ਪੈਣਗੇ, ਇੱਕ ਅਤੇ ਰੰਗ ਦੇ ਅਸੀਂ ਵੱਖਰੇ ਵੱਖਰੇ ਅਰਥ ਨਹੀਂ ਕਰ ਸਕਦੇ ਜਦੋਂ ਤੱਕ ਇਹਨਾਂ ਦੋਵਾਂ ਨੂੰ ਮਿਲਾ ਕੇ ਅਰਥ ਨਹੀਂ ਕਰਾਂਗੇ ਤੋ ਇਹ ਅਰਥ ਠੀਕ ਨਹੀਂ ਹੋ ਸਕਦੇ। ਹੁਣ ਇਹ ਉਦਾਹਰਨਾਂ ਆਖਰੀ ਵਾਲੀਆਂ ਜੋ ਮੈਂ ਦਿੱਤੀਆਂ ਨੇ ਉਹਨਾਂ ਦਾ ਕੇਵਲ ਇੱਕੋ ਹੀ ਮਤਲਬ ਮੰਤਵ ਸੀ ਕਿ ਇਹ ਦੱਸਣ ਲਈ ਕਿ ਅਸੀਂ ਇੱਕ ਸ਼ਬਦ ਇੱਕ ਅਜਿਹਾ ਸ਼ਬਦ ਹੈ ਜਿਹਦੀ ਬਹੁਤ ਵਰਾਇਟੀ ਦੇ ਨਾਲ ਬਹੁ ਭਾਂਤੀ ਵਰਤੋਂ ਕੀਤੀ ਗਈ ਹੈ, ਅਸੀਂ ਕੇਵਲ ਇੱਕ ਨਿਯਮ ਨੂੰ ਲੈ ਕੇ ਹਰ ਥਾਂ ਦੇ ਉੱਤੇ ਅਪਲਾਈ ਨਹੀਂ ਕਰ ਸਕਦੇ ਕਿ ਇਹ ਇਸਤਰੀ ਲਿੰਗ ਹੈ, ਪੁਰਸ਼ ਹੈ, ਪੁਰਖ ਹੈ, ਪੁਲਿੰਗ ਹੈ। ਤੋ ਇਹਨੂੰ ਚਾਹੇ ਇਹ ਆਪਾਂ ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਏ ਕਿ ਗਿਣਤੀ ਇੱਕ ਦੇ ਵਾਸਤੇ ਵਰਤਿਆ ਗਿਆ ਹੈ, ਕਈ ਥਾਂ 'ਤੇ ਇਹਦਾ ਅਰਥ ਅਨੇਕਾਂ ਦਾ ਹੈ, ਕਈ ਥਾਂ 'ਤੇ ਇਹਦਾ ਅਰਥ ਦੂਜਾ ਹੈ, ਜਿਵੇਂ ਕਿ ਇਸ ਅੰਡਰ ਰੈਫਰੈਂਸ ਪੰਕਤੀ ਦੇ ਵਿੱਚ ਦੂਜਾ ਮਨੁੱਖ ਕਿਹਾ ਗਿਆ ਹੈ। ਇਸੇ ਤਰ੍ਹਾਂ ਹੀ ਇਹਦੇ ਰੂਪ ਵੀ ਅਨੇਕ ਹਨ, ਭੁੱਲੇ ਪੜਨਾਮ ਵੀ ਹੈ, ਵਿਸ਼ੇਸ਼ਣ ਵੀ ਹੈ, ਨਾਮ ਵੀ ਹੈ। ਤੋ ਇਸ ਕਰਕੇ ਇਹਨੂੰ ਇੱਕ ਆਪਾਂ ਚੌਕਟੇ ਦੇ ਵਿੱਚ ਜੜ ਕੇ ਇਹਦੇ ਅਰਥ ਨਹੀਂ ਕਰ ਸਕਦੇ, ਇਹ ਸਾਨੂੰ ਕੰਟੈਕਸਟ ਦਾ ਧਿਆਨ ਕਰਕੇ ਇਹਦੇ ਅਰਥ ਕੀਤੇ ਜਾਣੇ ਚਾਹੀਦੇ ਹਨ ਜੀ। ਬਾਕੀ ਇਹ ਵਿਸ਼ਾ ਬਹੁਤ ਲੰਬਾ ਹੈ, ਮੇਰੀ ਇੰਨੀ ਸਮਝ ਨਹੀਂ ਇਸ ਵਿਸ਼ੇ ਦੇ ਬਾਰੇ, ਇਹਦੇ ਵਾਸਤੇ ਸ਼ਾਇਦ ਕੋਈ ਲਿੰਗੁਇਸਟਿਕਸ ਦਾ ਬੰਦਾ ਹੋਰ ਜ਼ਿਆਦਾ ਸਮਝ ਦੇ ਸਕੇ, ਪਰ ਜਿੱਥੋਂ ਤੱਕ ਇੱਕ ਆਮ ਸਧਾਰਨ ਸਿੱਖ ਦੀ ਵਰਤੋਂ ਦੀ ਗੱਲ ਹੈ, ਮੇਰਾ ਖਿਆਲ ਹੈ ਕਿ ਇਹਦੇ ਨਾਲ ਸਾਡਾ ਕੰਮ ਚੱਲ ਜਾਣਾ ਚਾਹੀਦਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਸਾਨੂੰ
ਇੱਕ ਦੇ ਵੱਖ ਵੱਖ ਸਰੂਪ ਜਿਹੜੇ ਨੇ ਉਹ ਵੀ ਸਾਨੂੰ ਜਿੱਥੇ ਦੱਸੇ ਨੇ ਉੱਥੇ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਜਿਹੜੀਆਂ ਉਹਨਾਂ ਨੇ ਮਿਹਨਤ ਨਾਲ ਲੱਭ ਕੇ ਸਾਡੇ ਉਹਨਾਂ ਦੇ ਸਰਵਣ ਕਰਾਏ ਨੇ। ਬਹੁਤ ਬਹੁਤ ਧੰਨਵਾਦ ਹੈ ਜੀ ਸਾਧ ਸੰਗਤ। ਮੈਂ ਬੇਨਤੀ ਕਰਦੇ ਹਾਂ, ਗੁਰਬਾਣੀ ਜਿਹੜੀ ਹੈ ਇਹ ਸਮੁੰਦਰ ਹੈ, ਇਹਦੇ ਵਿੱਚ ਜਿੰਨੀ ਕੁ ਡੂੰਘੇ ਜਾਓ ਅੱਗੇ ਤੋਂ ਅੱਗੇ ਹੋਰ ਤੋਂ ਹੋਰ ਮਿਲੇਗਾ। ਤੋ ਇਸੇ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਗੁਰਬਾਣੀ, ਇਹ ਹਰ ਸਿੱਖ ਨੇ ਅਖੀਰਲੇ ਸਵਾਸ ਤੱਕ ਬਾਣੀ ਨਾਲ ਜੁੜੇ ਰਹਿਣਾ, ਪੜ੍ਹਨਾ, ਔਰ ਇਹਦੇ ਚੋਂ ਹਰ ਵਾਰੀ ਸਾਨੂੰ ਨਵੀਂ ਗੱਲ ਜਿਹਨੇ ਬੜੀ ਮਿਹਨਤ ਨਾਲ ਸਾਨੂੰ ਇਹ ਜਿਹੜੇ ਕੁਛ ਥੋੜ੍ਹਾ ਜਿਹਾ ਖਦਸ਼ਾ ਆ ਰਿਹਾ ਸੀ ਉਹ ਦੂਰ ਕੀਤਾ ਹੈ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਤੋ ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਨੂੰ ਇਹਨਾਂ ਸਾਰਿਆਂ ਸਵਾਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੁਰਬਾਣੀ ਕਿੱਡਾ ਗੂੜ ਵਿਸ਼ਾ ਔਰ ਕਿਤਨਾ ਜ਼ਰੂਰੀ ਹੈ। ਤੋ ਇਸ ਕਰਕੇ ਆਓ ਅਸੀਂ ਵੱਧ ਤੋਂ ਵੱਧ ਸਮਾਂ ਜਿਹੜਾ ਉਹ ਗੁਰਬਾਣੀ ਨੂੰ ਪੜ੍ਹਨ ਅਤੇ ਸਮਝਣ ਦਾ ਯਤਨ ਕਰੀਏ। ਤੋ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਜੇਕਰ ਅਸੀਂ ਸਿੱਧੇ ਰਸਤੇ ਤੁਰ ਪਏ ਤਾਂ ਸਾਡਾ ਇਹ ਜਨਮ ਜਿਹੜਾ ਇਹ ਜਿਸ ਪਰਪਜ਼ ਲਈ ਸਾਨੂੰ ਇਹ ਦੇਈ ਮਿਲੀ ਹੈ ਉਹ ਸਫਲ ਹੋ ਜਾਏ। ਧੰਨਵਾਦ ਵੀਰ ਜੀ ਆਪ ਜੀ ਦਾ ਇੱਕ ਵਾਰੀ ਫੇਰ।